ਪੰਜਾਬ ਦੇ ਸਾਰੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਕਸਰ ਹੀ ਲੁੱਟ ਅਤੇ ਕਤਲ ਵਰਗੀਆਂ ਘਟਨਾਵਾਂ ਦੇਖਣ ਨੂੰ ਸਾਹਮਣੇ ਆ ਰਹੀਆਂ ਨੇ, ਜਿਸ ਦੇ ਚਲਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਅਨਾਰਦਾਣਾ ਚੌਂਕ ਦੇ ਵਿੱਚ ਸੀਸੀਟੀਵੀ ਕੈਮਰੇ ਦੁਕਾਨਦਾਰ ਐਡਮਿਸ਼ਨ ਵੱਲੋਂ ਲਗਾਏ ਗਏ ਨੇ, ਜਿਸ ਦਾ ਉਦਘਾਟਨ ਕਰਨ ਦੇ ਲਈ ਪਟਿਆਲਾ ਦੇ ਐਸਪੀ ਸਿਟੀ ਕੇਸਰ ਸਿੰਘ ਪਹੁੰਚੇ। ਪਿੱਛੇ ਜੇ ਮੈਂ ਇੰਗਲੈਂਡ ਗਿਆ ਸੀ ਤਾਂ ਮੈਂ ਉੱਥੇ ਦੇਖਿਆ ਵੀ ਜਿਹੜੀ ਹਾਈਵੇ ਦੀ ਸਪੀਡ ਹੈ ਉਹ 40 ਮੀਲ 30 ਘੰਟੇ ਦੀ ਐਵਰੇਜ ਸੀ। ਮੈਂ ਲੰਡਨ ਤੋਂ ਬਰਮਿੰਘਮ ਗਿਆ ਸੀ ਤਾਂ ਮੈਂ ਆ ਕੇ ਸਕੋਟਲੈਂਡ ਯਾਰਡ ਦਾ ਜਿਹੜਾ ਮੈਂ ਟਰੈਫਿਕ ਦਾ ਹੈਡ ਸੀ ਜਿਹੜਾ ਮੇਰਾ ਹਮਦਰਦ ਬਸ ਸੀ, ਮੈਂ ਉਹਦੇ ਨਾਲ ਆ ਕੇ ਗੱਲ ਕਰੀ ਵੀ ਤੁਸੀਂ ਟਰੈਫਿਕ ਨੂੰ ਮੈਨੇਜ ਕਿਵੇਂ ਕਰਦੇ ਹੋ, ਮੈਨੂੰ ਤੁਹਾਡੀ ਟਰੈਫਿਕ ਪੁਲਿਸ ਨਹੀਂ ਦਿਸੀ ਤਾਂ ਉਹਨੇ ਮੈਨੂੰ ਕਿਹਾ ਸੀ ਵੀ ਅਸੀਂ ਸਾਰੀ ਪੁਲਿਸਿੰਗ ਕੈਮਰੇ ਨਾਲ ਕਰਦੇ ਜਿਹੜੀ ਇਹ ਆਪਾਂ ਇਸ ਗੱਲ ਦੀ ਸ਼ੁਰੂਆਤ ਕਰਦੇ ਹਾਂ ਜਿਹੜੀ ਕੈਮਰੇ ਦੀ ਅੱਖ ਹੈ ਜਦੋਂ ਆਪਾਂ ਸਾਈਨ ਦੇ ਦਿੰਦੇ ਹਾਂ ਤਾਂ ਉਦੋਂ ਆਪਾਂ ਕੈਮਰੇ ਦੀ ਅੱਖ ਥੱਲੇ ਆਉਂਦੇ ਤਾਂ ਆਪਾਂ ਹਰੇਕ ਬੰਦਾ ਚੌਕਸ ਹੁੰਦਾ ਕੈਮਰਾ ਦੇ ਕਿੰਨਾ ਚਿਰ ਨਹੀਂ। ਦੂਸਰੀ ਮਿਸਾਲ ਮੈਂ ਤੁਹਾਨੂੰ ਇਹ ਦਿੰਦਾ ਵੀ ਆਪਾਂ ਜੀਰਕਪੁਰ ਤੱਕ ਸਾਰਾ ਪੰਜਾਬ ਸਿਹਤਮੰਦ ਹੈ, ਕੋਈ ਅਲਟ ਨਹੀਂ ਹੁੰਦਾ ਤਾਂ ਜਦੋਂ ਆਪਾਂ ਚੰਡੀਗੜ੍ਹ 'ਚ ਐਂਟਰ ਕਰ ਜਾਂਦੇ ਉਹਨਾਂ ਦੇ ਰਡਾਰ ਲੱਗੇ ਹੋਏ ਨੇ ਆਪਾਂ ਸਪੀਡ ਵੀ ਉਸ ਲਿਮਿਟ 'ਚ ਚੱਲ ਪੈਂਦੇ 35 ਕਿਲੋਮੀਟਰ ਅਤੇ ਆਪਾਂ ਸੀਟ ਬੈਲਟ ਵੀ ਲਾ ਲੈਂਦੇ ਅਤੇ ਆਪਾਂ ਹੈਲਮਟ ਵੀ ਪਹਿਨ ਲੈਂਦੇ। ਕੈਮਰੇ ਦਾ ਇੰਨਾ ਫਾਇਦਾ, ਮੈਂ ਇਸ ਐਸੋਸੀਏਸ਼ਨ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਹਨਾਂ ਨੇ ਸੋਸ਼ਲ ਕੰਮ ਕੀਤਾ। ਮੇਰੀ ਪੂਰੀ ਪੁਲਿਸ ਦਾ ਫਾਇਦਾ ਨਹੀਂ ਹੈ, ਇਹ 'ਚ ਸੋਸ਼ਲ ਸੈਟਅਪ 'ਚ ਜਿੰਨੇ ਬੰਦੇ ਹੈ, ਜੋ ਕੋਈ ਸ਼ਰਾਰਤੀ ਹੈ, ਕੋਈ ਚੋਰ ਹੈ, ਕੋਈ ਹੋਰ ਕੋਈ ਮਾੜਾ ਕੰਮ ਕਰਨ ਵਾਲਾ ਬੰਦਾ, ਉਹਨੂੰ ਇਸ ਗੱਲ ਦਾ ਡਰ ਰਹੂਗਾ ਕਿ ਮੈਂ ਕੈਮਰੇ ਦੇ ਸਾਹਮਣੇ ਦੱਸ ਰਿਹਾ। ਇਹ ਸਾਰਾ ਸੋਸ਼ਲ ਸੈਟਅਪ ਮੰਗਦਾ, ਕੋਈ ਵੀ ਕੰਮ, ਕੋਈ ਵੀ ਇਹੋ ਜਿਹਾ ਸੋਸ਼ਲ ਕੰਮ ਹੈ ਕਿ ਲੋਕ ਹੀ ਇਹਨੂੰ ਸਿਰੇ ਚੜ੍ਹ ਸਕਦੇ ਆ, ਲੋਕਾਂ ਕੋਲ ਇਹੀ ਇਹ ਹੁਕਮ ਹੁੰਦਾ। ਸਰਕਾਰਾਂ ਕੋਲ ਕਈ ਦਫ਼ਾ ਲਿਮਿਟਡ ਸੋਰਸ ਹੁੰਦੇ ਜਿਹੜੇ ਸਰਕਾਰਾਂ ਇਹ ਕੰਮ ਨਹੀਂ ਕਰ ਸਕਦੀਆਂ। ਮੈਂ ਫਿਰ ਇਹਨਾਂ ਸਾਰੇ ਭਾਈ ਪਰਮਜੀਤ ਸਿੰਘ ਵਗੈਰਾ ਸਾਰਿਆਂ ਦਾ ਇਸ ਵੱਲੋਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਜੋ ਇਹਨਾਂ ਨੇ ਕੈਮਰੇ ਲਾਏ ਆ ਇਹਦਾ ਸਾਰੇ ਸਮਾਜ ਨੂੰ ਫਾਇਦਾ ਹੋਊਗਾ ਅਤੇ ਪੁਲਿਸ ਨੂੰ ਤਾਂ ਇਸਦਾ ਫਾਇਦਾ ਹੀ ਹੈ, ਜੇ ਸਮਾਜ ਨੂੰ ਫਾਇਦਾ ਹੋਊਗਾ ਤਾਂ ਪੁਲਿਸ ਨੂੰ ਫਾਇਦਾ ਹੋਊਗਾ। ਮੈਂ ਇਹਨਾਂ ਦਾ ਸਾਰਿਆਂ ਦਾ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।